ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਪੈਪ ਟੀਵੀ ਤੇ ਮੈਂ ਤੁਹਾਡੇ ਨਾਲ ਜਗਿੰਦਰ ਸਿੰਘ ਅੱਜ ਅਸੀਂ ਲੁਧਿਆਣਾ ਤੋਂ ਫਿਰੋਜ਼ਪੁਰ ਮੁੱਖ ਮਾਰਗ ਤੇ ਖੜੇ ਆਂ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਧਰਨਾ ਦਿੱਤਾ ਜਾ ਰਿਹਾ ਉੱਥੇ ਉਹਦੇ ਨਾਲ ਹੀ ਸਿੱਖ ਜਥੇਬੰਦੀਆਂ ਵੱਲੋਂ ਮੁੱਦਾ ਉਠਾਇਆ ਜਾ ਰਿਹਾ ਕਿ ਜਿਹੜੀ ਹੈ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਹੈ ਫਰਲੋ ਦਿੱਤੀ ਗਈ ਹੈ ਉਹ ਅਦਾਲਤ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਜਾਂ ਚੋਣਾਂ ਦੌਰਾਨ ਜਿਹੜਾ ਹੈ ਸਿਆਸੀ ਪਾਰਟੀਆਂ ਵੱਲੋਂ ਲਾਹਾ ਲੈਣ ਲਈ ਜਿਹੜੀ ਹੈ ਇਹ ਪ੍ਰੋਲ ਦਿੱਤੀ ਗਈ ਹੈ ਅਤੇ ਜਿਹੜੀ ਇਹ ਫਰਲੋ ਹੈ ਇਹ ਤੁਰੰਤ ਰੱਦ ਕੀਤੀ ਜਾਵੇ ਸਿੱਖ ਜਥੇਬੰਦੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਅਤੇ ਉਹਦੇ ਨਾਲ ਹੀ ਜਿਹੜਾ ਇਹ ਵੀ ਮੁੱਦਾ ਉਠਾਇਆ ਜਾ ਰਿਹਾ ਕਿ ਜਿਹੜੇ ਅਦਾਲਤਾਂ ਦੇ ਵੀ ਫੈਸਲੇ ਨੇ ਉਹਦੇ ਲਈ ਜਿਹੜੇ ਘੱਟ ਗਿਣਤੀਆਂ ਦੇ ਖਿਲਾਫ ਜਿਹੜੇ ਦੋਹਰੇ ਮਾਪਦੰਡ ਵਰਤੇ ਜਾ ਰਹੇ ਨੇ ਕਿਉਂਕਿ ਜਿੱਥੇ ਲੰਬੇ ਸਮੇਂ ਤੋਂ ਕਈ ਗੁਣਾ ਜਿਹੜੀ ਆ ਸਜ਼ਾ ਤੋਂ ਵੱਧ ਸਜ਼ਾਵਾਂ ਕੱਟ ਕੇ ਜਿਹੜੇ ਸਿੱਖ ਨੌਜਵਾਨ ਨੇ ਜੇਲ੍ਹਾਂ 'ਚ ਬੰਦ ਨੇ ਉੱਥੇ ਦੂਸਰੇ ਪਾਸੇ ਜਿਹੜਾ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਆ ਜਿਹੜਾ ਕਿ ਸੰਗੀਨ ਧਰਾਵਾਂ ਅਧੀਨ ਬੰਦ ਹੈ ਉਹਨੂੰ ਜਿਹੜੀ ਆ ਫਰਲੋ ਦੇ ਦਿੱਤੀ ਗਈ ਆ ਅਤੇ ਸਿੱਖ ਨੌਜਵਾਨਾਂ ਨੂੰ ਜਿਹੜੀ ਆ ਨਾ ਹੀ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਅਤੇ ਨਾ ਹੀ ਜਿਹੜੀ ਆ ਉਹਨਾਂ ਦੀ ਜਿਹੜੀ ਆ ਪਰੋਲ 'ਤੇ ਉਹਨਾਂ ਨੂੰ ਆਉਣ ਦਿੱਤਾ ਜਾ ਰਿਹਾ ਇਹ ਮੁੱਦਿਆਂ ਨੂੰ ਲੈ ਕੇ ਅੱਜ ਇੱਥੇ ਧਰਨਾ ਦਿੱਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਦੋਨੇ ਪਾਸੇ ਜਿਹੜਾ ਰੋਡ ਬੰਦ ਕਰ ਦਿੱਤਾ ਗਿਆ ਦੂਸਰੀ ਸਾਈਡ ਵੀ ਦਿਖਾ ਦਿਓ ਮੈਂ ਕਹਿ ਦੂੰਗਾ ਕੈਮਰਾਮੈਨ ਨੂੰ ਕਿ ਉਹ ਪਰਲੀ ਸਾਈਡ ਵੀ ਜਿਹੜਾ ਮੁੱਖ ਮਾਰਗ ਨੂੰ ਦੋਨਾਂ ਸਾਈਡਾਂ ਤੋਂ ਬੰਦ ਕਰ ਦਿੱਤਾ ਗਿਆ ਅਤੇ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ ਅੱਜ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ ਇਹ ਦੇਖੋ ਜੀ ਅੱਜ ਦਾ ਜਿਹੜਾ ਧਰਨਾ ਦਿੱਤਾ ਜਾ ਰਿਹਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਗੁਰਮੀਤ ਰਾਮ ਰਹੀਮ ਸੌਦਾ ਸਾਧ ਜਿਹਨੂੰ ਕਿ ਚੋਣਾਂ ਦੇ ਦੌਰਾਨ ਉਹਨੂੰ ਪੈਰੋਲ ਦਿੱਤੀ ਗਈ ਆ ਔਰ ਮੈਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਲੂਣ ਛਿੜਕਿਆ ਜਾ ਰਿਹਾ ਉੱਥੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਔਰ ਜੇਕਰ ਗੱਲ ਕਰੀਏ ਜਿੰਦਾ ਸ਼ਹੀਦ ਬਲਵੰਤ ਸਿੰਘ ਜੀ ਰਾਜੂਆਣਾ ਜਿਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਨੂੰ ਸਿਰਫ ਇੱਕ ਘੰਟੇ ਦੀ ਪੈਰੋਲ ਦਿੱਤੀ ਗਈ ਜੋ ਕਿ ਸਜ਼ਾ ਪੂਰੀ ਕਰ ਚੁੱਕੇ ਨੇ ਉੱਥੇ ਗੁਰਮੀਤ ਰਾਮ ਰਹੀਮ ਨੂੰ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਇਆ ਔਰ ਜਿਸ ਨੂੰ ਕਿ ਗੰਦੀ ਰਾਜਨੀਤੀ ਕਰਦੇ ਆ ਸਰਕਾਰਾਂ ਦੇ ਵੱਲੋਂ ਇਹ ਇਲੈਕਸ਼ਨ ਦੇ ਦੌਰਾਨ ਉਹਨੂੰ ਛੱਡ ਦਿੱਤਾ ਗਿਆ ਤਾਂ ਜੋ ਉਹਦੇ ਜਿਹੜੇ ਸਮਰਥਕ ਨੇ ਉਹਨਾਂ ਤੋਂ ਵੋਟਾਂ ਲਈਆਂ ਜਾਣ ਸਿੱਖਾਂ ਦੇ ਨਾਲ ਇਹ ਸਿੱਖਾਂ ਨੂੰ ਚਿੜ ਚੜਾਇਆ ਜਾ ਰਿਹਾ ਸਿੱਖਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਆਓ ਅਸੀਂ ਹੋਰ ਵੀ ਇੱਥੇ ਬਹੁਤ ਸਾਰੇ ਆਗੂ ਜਿਹੜੇ ਬੈਠੇ ਨੇ ਕਿਸਾਨ ਜਥੇਬੰਦੀ ਦੇ ਆਗੂ ਵੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਇਹ ਪ੍ਰੋਟੈਸਟ ਦੇ ਸੰਬੰਧ 'ਚ ਅਸੀਂ ਜੀ ਇਹ ਕਹਿਣਾ ਚਾਹੁੰਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਸਰਸੇ ਵਾਲਾ ਜਿਹੜਾ ਸਾਧ ਆ ਫਰਲੋ 'ਤੇ ਬਾਹਰ ਆ ਚੁੱਕਿਆ ਅਤੇ ਜਿਹੜੇ ਸਾਡੇ ਬੰਦੀ ਸਿੰਘ ਆ ਉਹ ਇੱਕ ਘੰਟੇ ਲਈ ਉਹਨਾਂ ਨੂੰ ਫਰਲੋ ਇੱਕ ਘੰਟੇ ਲਈ ਉਹਨਾਂ ਦੀ ਜਿਹੜਾ ਪਿਤਾ ਦੀ ਮੌਤ ਹੁੰਦੀ ਆ ਉੱਥੇ ਇੱਕ ਘੰਟੇ ਦੀ ਪਰੋਲ ਦਿੱਤੀ ਜਾਂਦੀ ਆ ਸਾਡੇ ਨਾਲ ਬੇਇਨਸਾਫੀ ਹੁੰਦੀ ਆ ਧੱਕਾ ਹੁੰਦਾ ਵਾ ਅਤੇ ਗੌਰਮੈਂਟ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਆ ਅਸੀਂ ਇਹ ਸੁਣਿਆ ਸੀਗਾ ਵੀ ਇੱਕ ਦੇਸ਼ ਦੇ ਵਿੱਚ ਇੱਕ ਕਾਨੂੰਨ ਹੁੰਦਾ ਵਾ ਪਰ ਸਾਡੇ ਲਈ ਦੋਹਰਾ ਕਾਨੂੰਨ ਆ ਅਤੇ ਤੁਸੀਂ ਉਹ ਖੀਰੀ ਕਾਂਡ ਵਾਲੇ ਵੀ ਦੇਖੋ ਉਹਨਾਂ ਨੂੰ ਵੀ ਉਹਨਾਂ ਨੇ ਮਤਲਬ ਜ਼ਮਾਨਤ ਦੇ ਚੁੱਕੇ ਨੇ ਅਤੇ ਇਸ ਲਈ ਸਾਡੇ ਵਿੱਚ ਰੋਸ ਆ ਵੀ ਸਾਡੀ ਕੌਮ ਨਾਲ ਜ਼ਿਆਦਾਤਰ ਘੱਟ ਗਿਣਤੀਆਂ ਲਈ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ ਅਸੀਂ ਇਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਗਰਾਵਾਂ ਦੇ ਵਿੱਚ ਸੜਕ 'ਤੇ ਜਾਮ ਲਾਇਆ ਵਾ ਤਾਂ ਕਿ ਜਿਹੜੀ ਸਾਡੀ ਸੁੱਤੀ ਕੌਮ ਉਹ ਜਾਗ ਸਕੇ ਅਤੇ ਪ੍ਰਸ਼ਾਸਨ ਦੇ ਕੰਨ ਹੋ ਸਕਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਅਨਿਆਂ ਹੋ ਰਿਹਾ ਪਹਿਲਾਂ ਵੀ ਸਾਡੇ ਜਿਹੜੇ ਬੰਦੀ ਧਰਨਾ ਪੂਰੇ ਪੰਜਾਬ 'ਚ ਕਰ ਰਹੇ ਹੋ ਸਿੱਖ ਜਥੇਬੰਦੀਆਂ ਜਾਂ ਜਗਰਾਉਂ 'ਚ ਹੀ ਇਹ ਫਿਲਹਾਲ ਜਗਰਾਉਂ ਤੋਂ ਪਹਿਲਾਂ ਮੁੱਲਾਪੁਰ ਹੋਇਆ ਸੀ ਜਗਰਾਉਂ ਹੋਈ ਆ ਹੁਣ ਇਹ ਲਹਿਰ ਸਾਰੇ ਪੰਜਾਬ ਵਿੱਚ ਫੈਲੂਗੀ ਤਾਂ ਕਿ ਜਿਹੜਾ ਸਾਡੇ ਸਿੱਖਾਂ ਨੂੰ ਪੂਰਾ ਨਿਆਂ ਮਿਲ ਸਕੇ ਅਸੀਂ ਆਪਦਾ ਹੱਕ ਮੰਗ ਰਹੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਕੌਮ ਨੂੰ ਅਪੀਲ ਕਰਦੇ ਹਾਂ ਦਿੱਲੀ ਦੇ ਵਿੱਚ ਸਾਡੀ ਧੀ ਦੇ ਨਾਲ ਬਲਾਤਕਾਰ ਹੋ ਜਾਂਦਾ ਉਹ ਤੋਂ ਬਾਅਦ ਉਹਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਕਾਲਾ ਮੂੰਹ ਕਰਕੇ ਬਾਜ਼ਾਰ ਵਿੱਚ ਕੱਢਿਆ ਜਾਂਦਾ ਵਾ ਕੀ ਸਾਡੀ ਕੌਮ ਉਦੋਂ ਜਾਗੂਗੀ ਜਦੋਂ ਚੌਂਕ ਦੇ ਵਿਚਾਲੇ ਟਰੱਕ ਦੀ ਛੱਤ ਦੇ ਉੱਤੇ ਸਾਡੀਆਂ ਧੀਆਂ ਨਾਲ ਬਲਾਤਕਾਰ ਕਰਨਗੇ ਕਿਉਂ ਨਹੀਂ ਜਾਗਦੇ ਸਾਡੇ ਇਨਸਾਫ ਪਸੰਦ ਸਾਥੀਆਂ ਨੂੰ ਅਪੀਲ ਕਰਦੇ ਹਾਂ ਇਸ ਤੋਂ ਬਾਅਦ ਰਾਏਕੋਟ ਦੇ ਵਿੱਚ ਸਾਡੇ 14 ਫਰਵਰੀ ਵਾਲੇ ਦਿਨ ਇੱਕ ਦਿਨ ਦੀ ਭੁੱਖ ਹੜਤਾਲ ਕੌਮ ਦਾ ਜਰਨੈਲ ਹਰੀ ਸਿੰਘ ਨਲੂਆ ਚੌਂਕ ਦੇ ਵਿੱਚ ਸਵੇਰੇ 10 ਵਜੇ ਤੋਂ ਲਾ ਕੇ ਸ਼ਾਮ ਦੇ 5 ਵਜੇ 14 ਫਰਵਰੀ ਨੂੰ ਆਓ ਹੋਰ ਵੀ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਜਥੇਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਉਂ ਪ੍ਰੋਟੈਸਟ ਕੀਤਾ ਜਾ ਰਿਹਾ ਅਸੀਂ ਜੀ ਬੈਠੇ ਹਾਂ ਵੀ ਜਿਹੜੇ ਬੰਦੀ ਸਿੰਘ ਆ ਆਪਦੀਆਂ ਸਜ਼ਾਵਾਂ ਪੂਰੀ ਨਹੀਂ ਸਕਿਆ ਜਿਵੇਂ ਦਵਿੰਦਰਪਾਲ ਭੁੱਲਰ ਆ 26 ਸਾਲ ਤੋਂ ਅੰਦਰ ਆ ਉਹਦੇ 'ਤੇ ਇੱਕ ਵੀ ਗਵਾਹ ਨਹੀਂ ਹੋਇਆ ਸਰਕਾਰੀ ਪੁਲਿਸ ਥਿਊਰੀ ਦੇ ਬਿਨਾਂ 'ਤੇ ਹੀ ਉਹਨੂੰ ਫਾਂਸੀ ਦਿੱਤੀ ਉਹਦੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕਿਆ ਪਰ ਇੱਕ ਉਹਦੇ ਮੁਕਾਬਲੇ 'ਤੇ ਸਬਦਾ ਸਾਦਾ ਜਿਹਨੂੰ 30-30 ਸਜ਼ਾ ਹੋ ਗਈ ਉਹਨਾਂ ਨੂੰ 2 ਸਾਲਾਂ 3 ਜੀ ਫਰਲੋ ਦੇ ਤੀ ਸਾਨੂੰ ਆਉਣ ਵਾਲੇ ਸਮੇਂ 'ਚ ਇਹ ਵੀ ਸ਼ੱਕ ਆ ਵੀ ਉਹਨੂੰ 2-3 ਹੋਰ ਫਰਲੋ ਦੇ ਕੇ ਉਹਨੂੰ ਪੱਕਾ ਹੀ ਛੱਡ ਦੇਣਾ ਇਹਨਾਂ ਨੇ ਸਾਡਾ ਇਹੀ ਰੋਸ ਆ ਵੀ ਸਾਡੇ ਵੀ ਸਿੰਘਾਂ ਨੂੰ ਛੱਡਿਆ ਜਾਵੇ ਬਰਾਬਰ ਉਹਦੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ
ਸਜਾਵਾਂ ਪੂਰੀਆਂ ਕਰ ਜਾਗੇ ਦੁਗਣੀਆਂ ਦੁਗਣੀਆਂ ਕਰ ਗਏ ਉਹ ਇਸੇ ਕਾਰਨ ਅਸੀਂ ਧਰਨੇ ਤੇ ਇੱਥੇ ਬੈਠੇ ਆ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਉਹਨਾਂ ਨੂੰ ਵੀ ਬਰਾਬਰ ਦਾ ਹੱਕ ਦਿਓ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਦੇ ਹੱਕ ਨਾ ਮਾਰੇ ਜਾਣ ਸਭ ਨੂੰ ਬਰਾਬਰ ਦਾ ਅਧਿਕਾਰ ਦਿਓ ਜੀ ਤੁਸੀਂ ਸੁਣਿਆ ਕਿ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਈਏ ਕਿ ਜਿਹੜਾ ਇੱਥੇ ਧਰਨਾ ਜਿਹੜਾ ਸੰਬੋਧਨ ਕਰਨਾ ਵੱਖ ਵੱਖ ਆਗੂਆਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਵੀ ਆਗੂਆਂ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਜਿਹੜੇ ਅਦਾਲਤਾਂ ਦੇ ਵੀ ਸਿੱਖਾਂ ਲਈ ਖਾਸ ਕਰ ਘੱਟ ਗਿਣਤੀਆਂ ਲਈ ਜਿਹੜੀਆਂ ਅਦਾਲਤਾਂ ਦੇ ਫੈਸਲੇ ਵੀ ਉਹ ਦੋਹਰੇ ਮਾਪਦੰਡ ਵਾਲੇ ਨੇ ਅਤੇ ਮੰਗ ਕਰ ਰਹੇ ਨੇ ਜੇ ਉਹ ਗੁਰਮੀਤ ਰਾਮ ਰਹੀਮ ਨੂੰ ਪਰੋਲ ਮਿਲ ਸਕਦੀ ਹੈ ਤਾਂ ਜਿਹੜੇ ਕਈ ਗੁਣਾ ਆਪਦੀ ਸਜ਼ਾ ਤੋਂ ਵੱਧ ਸਜ਼ਾਵਾਂ ਕੱਟ ਚੁੱਕੇ ਨੇ ਉਹਨਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਜਿਹੜੀ ਹੈ ਪਰੋਲ ਮਿਲ ਸਕਦੀ ਇਹ ਮੁੱਦੇ ਨੂੰ ਲੈ ਕੇ ਅੱਜ ਇਹ ਜਥੇਬੰਦੀਆਂ ਵੱਲੋਂ ਇਸ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਕਿ ਮੁੱਲਾਪੁਰ ਪ੍ਰੋਟੈਸਟ ਕੀਤਾ ਗਿਆ ਅਤੇ ਅੱਜ ਜਗਰਾਓਂ ਕੀਤਾ ਜਾ ਰਿਹਾ ਅਤੇ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ ਨੂੰ ਲੈ ਕੇ ਜਿਹੜਾ ਹੋਰ ਵੀ ਥਾਵਾਂ 'ਤੇ ਜਿਹੜੇ ਧਰਨੇ ਦਿੱਤੇ ਜਾਣਗੇ ਜਾਂ ਪ੍ਰਦਰਸ਼ਨ ਕੀਤੇ ਜਾਣਗੇ ਅਸੀਂ ਉਹ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ ਧੰਨਵਾਦ ਮੈਂ ਜਗਿੰਦਰ ਸਿੰਘ ਕੈਮਰਾਮੈਨ ਅਸ਼ੋਕ ਸੰਘਮ ਨਾਲ ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ ਮੇਰਾ ਵੀਰ ਸੁਖਬੀਰ ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ ਹੈ ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ ਉਹ ਵੀ ਮੇਰੇ ਆਪਣੇ ਖਾਤੇ ਵਿੱਚ ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ